ਸਰਕਾਰਾਂ ਬਦਲ ਗਈਆਂ ਪਰ ਬੇਅਦਬੀ ਨਹੀਂ ਰੁਕੀ ਜੁਗ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਤਾਜ਼ਾ ਕਿਨੌਣੀ ਘਟਨਾ ਜਲੰਧਰ ਜ਼ਿਲ੍ਹੇ ਦੇ ਗੁਰਾਇਆਂ ਦੇ ਵਿੱਚ ਪਿੰਡ ਮਨਸੂਰਪੁਰ ਦੇ ਗੁਰੂ ਘਰ ਵਿਖੇ ਵਾਪਰੀ ਹੈ ਜਲੰਧਰ ਦੇ ਹਾਤੀ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਖੁਦ ਇਹ ਜਾਣਕਾਰੀ ਦਿੱਤੀ ਕਿ ਬੇਅਦਬੀ ਦੀ ਇਸ ਘਟਨਾ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹਾਲਾਤ ਕਾਬੂ ਦੇ ਵਿੱਚ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਪਰਮਜੀਤ ਸਿੰਘ ਨੇ ਦੱਸਿਆ ਕਿ ਗੁਰੂ ਘਰ ਦੇ ਅੰਦਰ ਮੰਦਭਾਗੀ ਘਟਨਾ ਵਾਪਰੀ ਹੈ ਦੋ ਪ੍ਰਵਾਸੀ ਮਜ਼ਦੂਰਾਂ ਨੇ ਕਾਫੀ ਹੁੱਲੜਬਾਜ਼ੀ ਕੀਤੀ ਗੁਰਦੁਆਰੇ ਦੇ ਜਿੰਦੇ ਤੋੜ ਦਿੱਤੇ ਅੰਦਰ ਵੜ ਕੇ ਉਹਨਾਂ ਨੇ ਗੁਟਕਾ ਖਾਦਾ ਤੰਬਾਕੂ ਖਾਦਾ दारू ਪੀਤੀ ਮਹਾਰਾਜ ਦੇ ਰੁਮਾਲੇ ਉਥਲ-ਪੁਥਲ ਕਰ ਦਿੱਤੇ ਪੋਥੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਪੋਥੀਆਂ ਨੂੰ ਇੱਧਰ-ਉੱਧਰ ਚੁੱਕ ਕੇ ਸੁੱਟਿਆ ਕਹਿੰਦੇ ਮੈਨੂੰ ਇਹਨਾਂ ਬਾਰੇ ਅੰਮ੍ਰਿਤ ਵੇਲੇ ਪਤਾ ਲੱਗਿਆ ਜਿਵੇਂ ਰੋਜ਼ਾਨਾ ਵਾਂਗੂ ਮੈਂ ਹੀ ਗੁਰੂ ਘਰ ਦੇ ਜਿੰਦੇ ਖੋਲਦਾ ਤਾਂ ਜਦੋਂ ਜਿੰਦੇ ਲੈ ਨਹੀਂ ਖੁੱਲੇ ਹੋਏ ਸੀ ਤਾਂ ਸ਼ੱਕ ਹੋ ਗਿਆ ਕਿ ਉਂਝ ਦਾ ਇਹ ਖੋਲਣੀ ਸਕਦੇ ਚਾਬੀ ਕਹਿੰਦੇ ਮੇਰੇ ਕੋਲ ਹੀ ਹੁੰਦੀ ਹੈ ਇੱਕ ਮੁਲਜ਼ਮ ਤਾਂ ਅਸੀਂ ਨਗਰ ਵਾਸੀਆਂ ਨੇ ਸਹਿਯੋਗ ਦੇ ਨਾਲ ਕਾਬੂ ਕਰ ਲਿਆ ਦੂਸਰਾ ਜਿਹੜਾ ਫਰਾਰ ਸੀ ਉਹ ਪ੍ਰਸ਼ਾਸਨ ਨੇ ਕਾਬੂ ਕਰ ਲਿਆ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਇਹਨਾਂ ਦੋਸ਼ੀਆਂ ਨੂੰ ਨੱਥ ਪਾਵੇ ਨਹੀਂ ਤਾਂ ਜਥੇਬੰਦੀਆਂ ਤਾਂ ਬੈਠੀਆਂ ਹੀ ਨੇ ਫਿਰ ਅਸੀਂ ਅੱਤਵਾਦੀ ਤੇ ਵੱਖਵਾਦੀ ਗਿਣੇ ਜਾਵਾਂਗੇ ਅੱਗੇ ਵੀ ਇੰਨੀਆਂ ਬੇਅਦਬੀਆਂ ਹੋਈਆਂ ਪਰ ਕੋਈ ਇਨਸਾਫ ਨਹੀਂ ਮਿਲਿਆ ਅੱਜ ਬਹੁਤ ਮੰਦਭਾਗੀ ਘਟਨਾ ਹੋਈ ਆ ਦੋ ਪ੍ਰਵਾਸੀ ਮਜ਼ਦੂਰ ਉਹਨਾਂ ਨੇ ਆ ਕੇ ਗੁਰੂ ਘਰ ਦੇ ਵਿੱਚ ਕਾਫੀ ਹੁੱਲੜਬਾਜੀ ਕੀਤੀ ਆ ਜਿੰਦੇ ਤੋੜ ਕੇ ਅੰਦਰ ਵੜ ਕੇ ਉਹਨਾਂ ਨੇ ਅੰਦਰ ਗੁੱਟ ਕੇ ਖਾਦੇ ਆ ਤਮਾਕੂ ਖਾਦਾ ਆ ਸ਼ਰਾਬ ਪੀਤੀ ਆ ਮਹਾਰਾਜ ਰਮਾਲੇ ਉਤਲ-ਪੁਤਲ ਕੀਤੇ ਆ ਮਹਾਰਾਜ ਦੀਆਂ ਪੋਥੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਇਸ ਤੋਂ ਬਾਅਦ ਉਹਨਾਂ ਨੇ ਗੁੱਟ ਕੇ ਵੀ ਇੱਧਰ-ਉੱਧਰ ਚੱਕ ਕੇ ਮਾਰੇ ਆ ਕਹਿਣ ਤੋਂ ਭਾਵ ਕਾਫੀ ਜਿੰਨਾ ਵੀ ਉਹਨਾਂ ਦਾ ਰਾਤ ਨੂੰ ਹੁੱਲੜਬਾਜੀ ਉਹ ਕਰ ਸਕਿਆ ਉਹਨਾਂ ਨੇ ਕੀਤੀ ਆ ਇਹਨਾਂ ਦਾ ਮੈਨੂੰ ਪਤਾ ਲੱਗਾ ਜਦੋਂ ਮੈਂ 4:30 ਵਜੇ ਅੰਦਰ ਜਾਨਾ ਜੀ ਜਦੋਂ ਮੈਂ ਦੇਖਦਾ ਵੀ ਕੋਈ ਪਰਾਇਆ ਬੰਦਾ ਸਾਡੇ ਪਿੰਡ ਦਾ ਹੈ ਨਹੀਂ ਕੋਈ ਹੋਰ ਆਉ ਤਾਂ ਮੈਂ ਚਾਬੀ ਤਾਂ ਮੇ ਜਿੰਦਾ ਤਾਂ ਮੈਂ ਹੀ ਖੋਲਣਾ ਹੁੰਦਾ ਰੋਜ਼ ਦੀ ਤਰ੍ਹਾਂ ਮੈਂ ਹੀ ਖੋਲਦਾ ਜਦੋਂ ਜਿੰਦੇ ਖੁੱਲੇ ਸੀ ਮੈਨੂੰ ਡਾਊਟ ਹੋ ਗਿਆ ਵੀ ਜਿੰਦੇ ਖੋਲ ਨਹੀਂ ਸਕਦੇ ਹੈਗੇ ਫੇਰ ਦਰਵਾਜ਼ੇ ਖੁੱਲੇ ਸਕੇ ਸਾਰੇ ਉਤੋਂ ਮੈਨੂੰ ਡਾਊਟ ਹੋ ਗਿਆ ਫੇਰ ਜਿੰਨਾ ਕੋਈ ਬਣ ਸਕਿਆ ਉਹਨਾਂ ਵਿੱਚੋਂ ਇੱਕ ਅਸੀਂ ਕਾਬੂ ਕਰ ਲਿਆ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਇੱਕ ਫਰਾਰ ਸੀਗਾ ਉਹ ਦੂਜਾ ਪ੍ਰਸ਼ਾਸਨ ਨੇ ਕਾਬੂ ਕਰ ਲਿਆ ਉਹਦੀ ਫੋਟੋਆਂ ਫੁਟੇਜ ਦੇ ਵਿੱਚੋਂ ਕੱਢ ਕੇ ਉਹ ਪਰ ਉਹਨੇ ਪ੍ਰਸ਼ਾਸਨ ਨੇ ਕਬੂ ਕਰ ਲਿਆ ਉਹਨੂੰ ਕਾਨੂੰਨ ਨੇ ਸੀਸੀਟੀਵੀ ਤੋਂ ਪਤਾ ਲੱਗਦਾ ਹੈ ਕਿ ਪਿੰਡ ਮਨਸੂਰਪੁਰ ਦੇ ਵਿੱਚ ਲੰਗੀ ਰਾਤ ਦੋ ਪ੍ਰਵਾਸੀ ਮਜ਼ਦੂਰਾਂ ਨੇ ਗੁਰੂ ਘਰ ਚ ਦਾਖਲ ਹੋ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਦੋਵੇਂ ਦੋਸ਼ੀ ਬੀਤੀ ਰਾਤ ਕਰੀਬ 12:30 ਵਜੇ ਅੰਦਰ ਦਾਖਲ ਹੋਏ ਜਦੋਂ ਸਵੇਰੇ ਗੁਰੂ ਘਰ ਦੇ ਗ੍ਰੰਥੀ ਪਰਮਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਵੇਲੇ ਦਰਬਾਰ ਸਭਾ ਚ ਦਾਖਲ ਹੋਏ ਤਾਂ ਦੇਖਿਆ ਦੋਵੇਂ ਦੋਸ਼ੀ ਅੰਦਰ ਨੇ ਇੱਕ ਦੋਸ਼ੀ ਨੂੰ ਮੌਕੇ ਤੇ ਦਬੋਚ ਲਿਆ ਦੂਸਰਾ ਭੱਜ ਗਿਆ ਸੀ ਉਹਨੂੰ ਪੁਲਿਸ ਨੇ ਦਬੋਚ ਲਿਆ ਇਸ ਖਬਰ ਨੂੰ ਸੁਣ ਕੇ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤ ਕਾਬੂ ਕੀਤੇ ਦੋਸ਼ੀ ਨੂੰ ਇਹਨਾਂ ਨੇ ਪੁਲਿਸ ਹਵਾਲੇ ਕਰਨ ਤੋਂ ਮਨਾ ਕਰ ਦਿੱਤਾ ਹੈ ਖਬਰਾਂ ਪੜੇ ਜਾਣ ਤੱਕ ਆਸ-ਪਾਸ ਦੇ ਸਾਰੇ ਥਾਣਿਆਂ ਦੀ ਪੁਲਿਸ ਫੋਰਸ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸੀ ਜਿਹੜਾ ਦੋਸ਼ੀ ਸੰਗਤ ਨੇ ਫੜਿਆ ਸੀ ਉਹਨੂੰ ਸੰਗਤ ਨੇ ਹਾਲੇ ਤੱਕ ਪੁਲਿਸ ਹਵਾਲੇ ਨਹੀਂ ਕੀਤਾ ਪਰ ਦੂਸਰਾ ਜਿਹੜਾ ਭੱਜ ਗਿਆ ਸੀ ਉਹ ਪੁਲਿਸ ਨੇ ਕਾਬੂ ਕਰ ਲਿਆ ਸੀ ਉਹਨੂੰ ਗੁਰਾਇਆਂ ਦੇ ਥਾਣੇ ਵਿੱਚ ਰੱਖਿਆ ਗਿਆ ਹਾਲਾਂਕਿ ਜਥੇਬੰਦੀਆਂ ਪੁਲਿਸ ਤੋਂ ਇਹ ਵੀ ਮੰਗ ਕਰ ਰਹੀਆਂ ਨੇ ਕਿ ਜਿਹੜਾ ਮੁਲਜ਼ਮ ਪੁਲਿਸ ਨੇ ਫੜਿਆ ਉਹਨੂੰ ਸੰਗਤ ਦੇ ਹਵਾਲੇ ਕੀਤਾ ਜਾਵੇ ਜਦਕਿ ਪੁਲਿਸ ਮੰਗ ਕਰ ਰਹੀ ਹੈ ਕਿ ਜਿਹੜਾ ਮੁਲਜ਼ਮ ਸੰਗਤ ਨੇ ਕਾਬੂ ਕੀਤਾ ਸੀ ਉਹ ਪੁਲ See you ਪਰ ਹੁਣ ਸਿੱਖ ਸੰਗਤ ਨੂੰ ਪੁਲਿਸ ਦੀ ਤਫ਼ਤੀਸ਼ ਤੇ ਬਹੁਤੀ ਆਸ ਨਹੀਂ ਰਹੀ ਹੈ ਕਿਉਂਕਿ 15 ਤੋਂ ਲੈ ਕੇ ਹੀ ਨਹੀਂ ਬਲਕਿ ਉਸ ਤੋਂ ਪਹਿਲਾਂ ਵਾਲੇ ਸਮੇਂ ਦੇ ਵਿੱਚ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ 2015 ਤੋਂ ਬਾਅਦ ਤਾਂ ਲੜੀ ਹੀ ਨਹੀਂ ਟੁੱਟ ਰਹੀ ਪਰ ਕਿਸੇ ਵੀ ਦੋਸ਼ੀ ਨੂੰ ਐਸੀ ਮਿਸਾਲੀ ਸਜ਼ਾ ਨਹੀਂ ਦਿੱਤੀ ਗਈ ਕਿ ਸੰਗਤ ਦਾ ਵਿਸ਼ਵਾਸ ਪੁਲਿਸ ਦੇ ਵਿੱਚ ਵੱਜ ਸਕੇ ਜ਼ਿਆਦਾਤਰ ਕੇਸਾਂ ਦੇ ਵਿੱਚ ਦੋਸ਼ੀਆਂ ਨੂੰ ਮਾਨਸਿਕ ਰੋਗੀ ਕਹਿ ਕੇ ਹੀ ਛੱਡ ਦਿੱਤਾ ਜਾਂਦਾ ਹੈ ਇਸ ਘਟਨਾ ਮੌਕੇ ਸਾਬਕਾ ਐਸਜੀਬੀਸੀ ਮੈਂਬਰ ਹਰਜਿੰਦਰ ਸਿੰਘ ਲੱਲੀਆਂ ਸਰਵੰਤ ਸਿੰਘ ਕੁਲਾਰ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਤੇ ਹਾਜ਼ਰ ਸੰਗਤ ਨੇ ਕਿਹਾ ਕਿ ਜਦੋਂ ਤੱਕ ਇਸ ਬੇਅਦਬੀ ਕਰਨ ਪਿੱਛੇ ਲੱਗੀਆਂ ਤਾਕਤਾਂ ਦਾ ਪੁਲਿਸ ਪਤਾ ਨਹੀਂ ਲਾ ਲੈਂਦੀ ਉਦੋਂ ਤੱਕ ਅਸੀਂ ਦੋਸ਼ੀ ਨੂੰ ਪੁਲਿਸ ਹਵਾਲੇ ਨਹੀਂ ਕਰਾਂਗੇ ਸੰਗਤਾਂ ਇਹ ਵੀ ਕਹਿੰਦੀਆਂ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਅੰਲੰਗੇ ਸਾਲ ਦਸੰਬਰ ਮਹੀਨੇ ਦੇ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਸੱਚਕਣ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਕੋਸ਼ਿਸ਼ ਕੀਤੀ ਗਈ ਸੀ ਉਸ ਵਕਤ ਸਿੱਖਾਂ ਨੇ ਸੰਗਤ ਨੇ ਉਸ ਨੂੰ ਫੜ ਕੇ ਥਾਂ ਤੇ ਹੀ ਇਨਸਾਫ ਕਰ ਦਿੱਤਾ ਸੀ ਸਿੰਘੂ ਬਾਰਡਰ ਤੇ ਵੀ ਬੇਅਦਬੀ ਦੇ ਇਲਜ਼ਾਮ ਦੇ ਵਿੱਚ ਦੋਸ਼ੀ ਦਾ ਹਸ਼ਰ ਇਸੇ ਤਰ੍ਹਾਂ ਨਿਹੰਗ ਸਿੰਘਾਂ ਨੇ ਕੀਤਾ ਸੀ ਅਤੇ ਸਿੱਖ ਰਵਾਇਤਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜਦੋਂ ਕਾਨੂੰਨ ਇਨਸਾਫ ਨਾ ਦੇਵੇ ਤਾਂ ਫਿਰ ਸਿੱਖ ਖੁਦ ਇਨਸਾਫ ਕਰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਤੇ ਦੁੱਖ ਪ੍ਰਗਟ ਕਰਦਿਆਂ ਸਰਕਾਰ ਤੇ ਪ੍ਰਸ਼ਾਸਨ ਨੂੰ ਆਰ ਨਾ ਕਰਦੇ ਕਿ ਹੈ ਕਿ ਤੁਰੰਤ ਹੀ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੋਸ਼ ਲਾਉਂਦੇ ਆ ਜਥੇਦਾਰ ਨੇ ਕਿਹਾ ਕਿ ਕਈ ਵਾਰੀ ਸਰਕਾਰਾਂ ਵੱਲੋਂ ਅਜਿਹੇ ਦੋਸ਼ੀਆਂ ਨੂੰ ਪਾਗਲ ਕਰਾਰ ਦੇ ਕੇ ਰਾਹਤ ਦੇ ਦਿੱਤੀ ਜਾਂਦੀ ਹੈ ਜੇ ਇਸ ਵਾਰ ਵੀ ਅਜਿਹਾ ਹੋਇਆ ਤਾਂ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਸ ਨਾਲ ਹੀ ਜਥੇਦਾਰ ਨੇ ਗੁਰਦੁਆਰਾ ਕਮੇਟੀਆਂ ਨੂੰ ਹਦਾਇਤਾਂ ਵੀ ਦਿੱਤੀਆਂ ਨੇ ਜਿਹੜੀਆਂ ਕਿ ਪਹਿਲਾਂ ਕਈ ਵਾਰੀ ਦਿੱਤੀਆਂ ਜਾ ਚੁੱਕੀਆਂ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਹਰ ਵਕਤ ਉੱਥੇ ਕੋਈ ਨਾ ਕੋਈ ਮੌਜੂਦ ਹੋਵੇ ਹਰ ਗੁਰੂ ਘਰ ਦੇ ਵਿੱਚ 24 ਘੰਟੇ ਇੱਕ ਸੇਵਾਦਾਰ ਜ਼ਰੂਰ ਰਹਿਣਾ ਚਾਹੀਦਾ ਹੈ ਤੇ ਸੀਸੀਟੀਵੀ ਲਾਉਣ ਲਈ ਵੀ ਜਥੇਦਾਰ ਨੇ ਕਿਹਾ ਹੈ ਬੇਅਦਬੀ ਦੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਸਾਂਝੀ ਹੋਈ ਹੈ ਆਮ ਲੋਕ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਨੇ ਸਿਆਸੀ ਹਸਤੀਆਂ ਨੇ ਵੀ ਇਸ ਘਟਨਾ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਤਾਮੀਨੇ ਬੇਅਦਬੀ ਦੀ ਸਖਤ ਨਿੰਦਿਆ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਸਜ਼ਾ ਦੀ ਮੰਗ ਕੀਤੀ ਹੈ ਐਸਜੀਪੀਸੀ ਨੇ ਵੀ ਸਵਾਲ ਚੁੱਕਿਆ ਕਿ ਆਖਰ ਵਾਰ-ਵਾਰ ਬੇਅਦਬੀ ਗੁਰਦੁਆਰਾ ਸਾਹਿਬ ਵਿਖੇ ਹੀ ਕਿਉਂ ਹੁੰਦੀ ਹੈ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਬਾਦਲ ਨੇ ਵੀ ਇਸ ਘਟਨਾ ਤੇ ਪ੍ਰਤੀਕਰਮ ਦਿੱਤਾ ਹੈ ਸੁਬੀਰ ਬਾਦਲ ਨੇ ਬੇਅਦਬੀ ਕਿਨਾਉਣੀ ਘਟਨਾ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਦੋਸ਼ੀਆਂ ਖਿਲਾਫ ਤੁਰੰਤ ਅਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਦਰਦਨਾਕ ਘਟਨਾ ਮਾਫੀਯੋਗ ਨਹੀਂ ਹੈ ਮੈਂ ਬੜੀ ਦੁਖਦੀ ਗੱਲ ਹੈ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਇਹ ਘਟਨਾ ਹੋਈ ਹੈ ਸਰਕਾਰ ਨੂੰ ਇਮੀਡੀਏਟਲੀ ਦੋਸ਼ੀਆਂ ਨੂੰ ਫੜਨਾ ਚਾਹੀਦਾ ਐ ਐਕਸ਼ਨ ਲੈਣਾ ਚਾਹੀਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬੇਅਦਬੀ ਦੀ ਘਟਨਾ ਦੀ ਸਖਤ ਨਿਖੇਦੀ ਕਰਦਿਆਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਵਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੇ ਇਸ ਨੂੰ ਜਾਣ ਬੁੱਝ ਕੇ ਕੀਤੀ ਗਈ ਪੜਕਾਉ ਕਾਰਵਾਈ ਦੱਸਦਿਆਂ ਕਿਹਾ ਕਿ ਮਾਫੀਯੋਗ ਨਹੀਂ ਹੈ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਇਸੇ ਤਰ੍ਹਾਂ ਐਸਡੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੀਵਾਲ ਨੇ ਵਿਅਦਬੀ ਦੀ ਘਟਨਾ ਤੇ ਕਿਹਾ ਕਿ ਬਹੁਤ ਨਿੰਦਨਯੋਗ ਹੈ ਸਾਜ਼ਿਸ਼ ਤਹਿਤ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਨਾਲ ਹੀ ਉਹਨਾਂ ਪ੍ਰਬੰਧਕਾਂ ਦੀ ਵੀ ਗਲਤੀ ਦੱਸੀ ਕਿ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਨੇ ਵੀ ਧਿਆਨ ਨਹੀਂ ਦਿੱਤਾ ਵਿਅਦਬੀ ਦੇ ਦੋਸ਼ੀਆਂ ਖਿਲਾਫ ਤੁਰੰਤ ਤੇ ਸਖਤ ਕਾਰਵਾਈ ਦੀ ਉਹਨਾਂ ਨੇ ਮੰਗ ਕੀਤੀ ਹੈ ਤੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਾਂਗਰਸ ਦੇ ਪੁਲਾ ਤੋ ਵਿਦਾਇਕ ਸੁਖਪਾਲ ਸਿੰਘ ਖੈਰਾ ਨੇ ਵੀ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ 2015 ਵਰਗੇ ਹਾਲਾਤ ਬਣਨ ਸਰਕਾਰ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਗੱਲਾਂ ਦੇ ਨਾਲ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਨੇ ਇਸ ਤੋਂ ਪਹਿਲਾਂ ਖੈਰਾ ਨੇ ਸੋਸ਼ਲ ਮੀਡੀਆ ਤੇ ਟਵੀਟ ਵੀ ਕੀਤਾ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਵੀ ਖੈਰਾ ਨਿਸ਼ਾਨਾ ਲਾਗੇ ਕਹਿੰਦੇ ਮਾਨ ਸਰਕਾਰ ਦੇ ਮੰਤਰੀਆਂ ਨੂੰ ਜੋਕਰ ਕਹਿਣਾ ਸ਼ਾਇਦ ਜ਼ਿਆਦਾ ਠੀਕ ਹੈ ਉਹਨਾਂ ਕਿਹਾ ਕਿ ਸੰਧਵਾ ਨੇ ਵਾਅਦਾ ਕੀਤਾ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਈ ਜਾਵੇਗੀ ਪਰ ਡੈਡਲਾਈਨ ਵੀ ਲੰਘ ਗਈ ਹੈ ਸੰਧਵਾ ਨੂੰ ਤਾਸੀ ਇਫਾ ਦੇ ਹੀ ਦੇਣਾ ਚਾਹੀਦਾ ਕਿਉਂਕਿ ਇਨਸਾਫ ਤਾਂ ਇਹ ਕਰ ਨਹੀਂ ਸਕੇ ਹਾਲਾਂਕਿ केजरीवाल ਨੇ ਤਾਂ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਹੀ ਸੀ ਮਨਸੂਰਪੁਰ ਪਿੰਡ ਮੈਨੂੰ ਸਵੇਰੇ ਕੈਨੇਡਾ ਤੋਂ ਫੋਨ ਆਇਆ ਸੀਗਾ ਗੁਰਾਇਆਂ ਦੇ ਲਾਗੇ ਉੱਥੇ ਇੱਕ ਬੇਅਦਬੀ ਬਹੁਤ ਗੁਰਦੁਆਰਾ ਸਾਹਿਬ ਚ ਅੰਦਰ ਵੜ ਕੇ ਤਾਲੇ ਭੰਨ ਕੇ ਤਮਾਕੂ ਦਾ ਸੇਵਨ ਕਰਕੇ ਥੁੱਕਿਆ ਹੋਇਆ ਗੁਰੂਗ੍ਰੰਥ ਸਾਹਿਬ ਦੇ ਨੇੜੇ ਹੁਣ ਉਹ ਚੋਰੀ ਦੀ ਮਨਸ਼ਾ ਨਾਲ ਆਏ ਸੀ ਜਾਂ ਮਿੱਥ ਕੇ ਬੇਅਦਬੀ ਕਰਨ ਆਏ ਇਹ ਤਾਂ ਸਰਕਾਰ ਨੂੰ ਇਮੀਡੀਏਟਲੀ ਸਮਾਂ ਬਗੈਰ ਗੁਆਏ ਇਦੇ ਤੇ ਤਾਕੀਕਾਤ ਕਰਨੀ ਚਾਹੀਦੀ ਇਹ ਨਾ ਹੋਵੇ ਕਿ 2015 ਵਾਲਾ ਮਾਹੌਲ ਪੰਜਾਬ ਦੇ ਵਿੱਚ ਬਣ ਜੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜਜ਼ਬਾਤ ਨੇ ਉਹ ਧਰਮ ਦੇ ਨਾਲ ਜੁੜੇ ਹੋਏ। ਭਾਜਪਾ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਵੀ ਕਿਹਾ ਕਿ ਸੂਬੇ ਦੇ ਵਿੱਚ ਵੀ ਅਤਿਵਿਦੀਆਂ ਘਟਨਾਵਾਂ ਦੇ ਨਾਲ ਹਾਲਾਤ ਖਰਾਬ ਹੋ ਸਕਦੇ ਨੇ ਤੇ ਪੰਜਾਬ ਸਰਕਾਰ ਨੂੰ ਇਹਨਾਂ ਮਾਮਲਿਆਂ ਤੇ ਗੰਭੀਰ ਹੋਣਾ ਚਾਹੀਦਾ ਹੈ।